भाई साहब एक चीज मैं जरूर इतने गल करदा कि असि इस मसले के उत्ते बहुत सारे बुद्धिजीवियों के नाल गल की है, उन्होंने यह तर्क से कि उन्होंने पूर्ण कोशिश की है कि जो विवाद है इसनों असी खत्म करिए। वो आई भी उन्होंने अपने वालों तुहानू भी जड़ा यह किया कि आप एक मंच के उत्ते आके जो गल करते हैं, साढ़े उन्होंने ऑन टीवी जड़ा आके लाइव शो के भी किया, बहुत सारे बुद्धिजीवी जड़े बोले ने कि असी यह भी किया कि असी जेड़े भी तुहानू पांच लोग पसंद है तुसी उहदे उत्ते आके उन्हां दी हां नाम सानू दसो ते असी जिहड़ा रल मिल के जिहड़ी है गलबात करिए ते इस विवाद नूं खत्म करिए। पर उह बुद्धिजीवी इह कहिंदे रहे ने कि हुंगारा जिहड़ा इक चाहीदा सी उह हुंगारा नहीं मिलिया। एक पासे तुसी कहिंदे हो कि आपां इस विवाद नूं खत्म करना एक मंच दे उत्ते आउण दी लोड़ है, तुसी कहिंदे हो कि टीवी चैनल दे उत्ते आउण दी लोड़ हैगी है, जे जथेदार साहब भी जांदे ने उह कल्ले जाके पत्रकारां दे सवालां दे जवाब दे दिंदे ने, तुसी वी वक्-वक् टीवी चैनलों के उत्ते आउंदे हो, तुसीं हरेक सवाल का जिहड़ा उह जवाब दे दिंदे हो, लेकिन जिहड़ी आपस दे विच गल करनी है उह नहीं हुंदी। ते हुण इहनूं किस तरीके नाल आपां मसले नूं हल करिए कि इसे तरीके नाल चलदे रहांगे? नहीं, एक गल स्पष्ट है जी, बुद्धिजीवियों नूं तुसीं एक सवाल पुछियो कि जदों छबील लगी कि टकसाल विच जाके उहनां नूं कहा सी, इह गल कही सी जाके टकसाल दे विच वी बाबा जी आपां एड्डा वड्डा काम कर दिता आ, बंदा कतल कर दिता है, ते आपां समझौता करिए। पिछले पंजा सालां विच वड्डी धिर नूं किसी ने नहीं मनाया, इधर आले छोटे बंदे नूं जिहड़ा बंदा एक आम बंदा आ उहनूं लिजा के उत्थे पैरां विच बिठाउण दा सारिया ने कोशिश की है, ते अकाल तख्त साहिब जथेदार नाल गल किसी ने नहीं की, जथेदार जी काले ना पिओ तुसीं एक स्टेटमेंट दिओ। मैं तां अज वी सिंह साहब भाई साहब जी ਤੁਹਾਡੇ ਇੱਥੇ ਚੈਨਲ ਦੇ ਉੱਤੇ ਮੈਂ ਬੋਲ ਰਿਹਾ, ਮੈਂ ਬਹੁਤ ਚੈਨਲਾਂ ਤੇ ਕਿਹਾ ਦੋ ਦਬਕੇ ਮਾਰ ਦਿਓ, ਇੱਕ ਦਬਕਾ ਮਾਰੋ ਉਹ ਟਕਸਾਲ ਵਾਲਿਓ, ਤੁਸੀਂ ਕੌਮ ਨਹੀਂ ਹੋ, ਤੁਸੀਂ ਪੰਥ ਨਹੀਂ ਹੋ, ਤੁਸੀਂ ਪੰਥ ਦਾ ਇੱਕ ਹਿੱਸਾ ਹੋ, ਤੁਸੀਂ ਇੱਕ ਜਥੇਬੰਦੀ ਹੋ, ਤੁਸੀਂ ਟਕਸਾਲ ਹੋ, ਤੁਸੀਂ ਅਥਾਰਟੀ ਨਹੀਂ ਹੋ। ਭਾਈ ਅਮਰੀਕ ਸਿੰਘ, ਬਾਬਾ ਹਰਨਾਮ ਸਿੰਘ ਧੁੰਮਾ, ਤੁਹਾਨੂੰ ਬੰਦੇ ਮਾਰਨ ਦਾ ਹੱਕ ਨਹੀਂ, ਤੁਹਾਨੂੰ ਕਤਲ ਕਰਨ ਦਾ ਹੱਕ ਨਹੀਂ, ਤੁਸੀਂ ਜਾ ਕੇ ਦੀਵਾਨ ਨਾ ਰੋਕੋ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਕਹਿਣ ਮੈਂ ਬੈਠਾ, ਆਹ ਦੇਖੋ ਮੈਂ ਬੈਠਾ, ਤੁਹਾਨੂੰ ਹੱਕ ਨਹੀਂ, ਜੇ ਕੋਈ ਪ੍ਰੋਬਲਮ ਹੈ ਰਣਜੀਤ ਸਿੰਘ ਤੋਂ ਮੇਰੇ ਕੋਲ ਆਓ। ਦੂਜਾ ਦਬਕਾ ਰਣਜੀਤ ਸਿੰਘ ਨੂੰ ਮਾਰਿਆ ਜਾਵੇ ਵੀ ਰਣਜੀਤ ਸਿੰਘ ਤੈਨੂੰ ਕੋਈ ਹੱਕ ਨਹੀਂ, ਤੂੰ ਕੁਝ ਬੋਲੇ, ਫਿਰ ਦੁਨੀਆ ਸਾਹਮਣੇ ਪਤਾ ਲੱਗ ਜੂਗਾ ਵੀ ਨਿਮਰਤਾ ਵਾਲਾ ਕੌਣ ਹੈ, ਹੱਥ ਕੌਣ ਜੋੜ ਕੇ ਸੱਤ ਬਚਨ ਕਹਿੰਦਾ, ਤੇ ਉਧਰਲੇ ਪਾਸੇ ਉਹਨਾਂ ਨੇ ਜਥੇਦਾਰ ਜੀ ਨੂੰ ਅੰਦਰ ਨਹੀਂ ਜਾਣ ਦੇਣਾ, ਜਥੇਦਾਰੀ ਤੋਂ ਲਾ ਕੇ ਨਵਾਂ ਜਥੇਦਾਰ ਲਾ ਦੇਣਾ। ਕਿਉਂ? ਨਿਮਰਤਾ ਰਣਜੀਤ ਸਿੰਘ ਦੀ ਦਾ ਪਤਾ ਲੱਗ ਜਾਏਗਾ, ਮੈਂ ਜਿੱਦ ਨਾ ਕੀਤੀ ਹੈ ਨਾ ਕਰਦਾ। ਅੱਜ ਜਥੇਦਾਰ ਜੀ ਇੱਕ ਸਟੇਟਮੈਂਟ ਖੁੱਲ ਕੇ ਦੇ ਦੇਣ ਔਰ ਕਹਿ ਦੇਣ ਵੀ ਤੁਸੀਂ ਗਲਤ ਹੋ, ਤੁਸੀਂ ਰੋਕਣਾ ਨਹੀਂ, ਮੈਂ ਅਥਾਰਟੀ ਆ, ਮੇਰੇ ਕੋਲ ਸ਼ਿਕਾਇਤਾਂ ਲੈ ਆਓ। ਦੂਜਾ ਦਬਕਾ ਰਣਜੀਤ ਸਿੰਘ ਨੂੰ ਮਾਰਿਆ ਜਾਵੇ, ਦੋ ਦਬਕਿਆਂ ਤੋਂ ਬਾਅਦ ਪਤਾ ਲੱਗੇਗਾ ਵੀ ਦਬਕਾ ਝੱਲਦਾ ਕੌਣ ਹੈ, ਨਿਮਰਤਾ ਕਿਹੜੇ ਬੰਦੇ 'ਚ ਹੈ, ਜਿੱਦੀ ਕੌਣ ਹੈ, ਆਪਣੇ ਆਪ ਹੀ ਸਾਰੀ ਦੁਨੀਆ ਸਾਹਮਣੇ ਆ ਜਾਏਗਾ। ਜੇ ਜਥੇਦਾਰ ਜੀ ਚਾਹੁੰਦੇ ਨੇ ਮਸਲਾ ਹੱਲ ਕਰਨਾ, ਪਿਛਲੇ 5 ਸਾਲਾਂ 'ਚ ਲਗਾਤਾਰ ਮੇਰੇ ਨਾਲ ਧੱਕਾ ਹੋਇਆ, 4-5 ਵਾਰ ਹਮਲੇ ਹੋਏ ਹੈ, ਅਮਰੀਕਾ ਦੇ ਵਿੱਚ 2-3 ਵਾਰ ਹੋਏ ਹੈ, ਕਦੇ ਕਿਤੇ ਕਦੇ ਕਿਤੇ, ਕਦੇ ਰਾੜਾ ਮਾਰਦੇ ਆ, ਕਦੇ ਗੱਡੀਆਂ ਤੋੜਦੇ ਆ, ਕਦੇ ਛਬੀਲਾਂ ਲਾਉਂਦੇ ਆ, ਕਦੇ ਬੰਦੇ ਮਾਰਦੇ ਆ, ਕਦੇ ਪ੍ਰੋਗਰਾਮ ਰੋਕਦੇ ਆ, ਇੱਕ ਬੰਦੇ ਨੂੰ ਦਬਾਇਆ ਗਿਆ। ਹੁਣ ਜਥੇਦਾਰ ਜੀ ਕਹਿ ਰਹੇ ਨੇ ਜਿੱਦੀ ਵੀ ਢੱਡਰੀਆਂ ਵਾਲਾ ਹੀ ਹੈ, ਗੁੰਡਾਗਰਦੀ ਕਰਨ ਦੀ ਉਹਨਾਂ ਨੂੰ ਸ਼ਹਿ ਦਿੱਤੀ ਹੋਈ ਹੈ, ਤੇ ਰਣਜੀਤ ਸਿੰਘ ਜੇ ਗੁੰਡੇ ਆ, ਗੁੰਡਾਗਰਦੀ ਕਰਨ ਵਾਲਿਆਂ ਨੂੰ ਗੁੰਡੇ ਕਹਿੰਦਾ, ਫਿਰ ਕਹਿੰਦੇ ਨੇ ਜੀ ਰਣਜੀਤ ਸਿੰਘ ਜਿੱਦੀ ਹੈ। ਮੈਂ ਕਹਿੰਦਾ ਅੱਜ ਜਥੇਦਾਰ ਅਕਾਲ ਤਖ਼ਤ ਸਾਹਿਬ, ਅੱਜ ਬੁੱਧੀਜੀਵੀ, ਜਥੇਦਾਰ ਬੁੱਧੀਜੀਵੀ ਸਾਰੇ ਜਿੰਨੇ ਵੀ ਨੇ, ਇੱਕ ਜਥੇਦਾਰ ਜੀ ਤੋਂ ਸਟੇਟਮੈਂਟ ਦਵਾ ਦੇਣ, ਦੋਨਾਂ ਵਾਸਤੇ ਦਬਕਾ ਦੋਨਾਂ ਨੂੰ ਠੋਕ ਕੇ ਮਾਰਨ। ਜੇ ਰਣਜੀਤ ਸਿੰਘ ਕੁਛਕ ਗਿਆ ਚੈਨਲ ਤੇ ਤੁਹਾਡੇ ਤੇ ਕਹਿ ਰਿਹਾ, ਇੰਟਰਨੈਸ਼ਨਲ ਚੈਨਲ ਹੈ ਤੁਹਾਡਾ, ਸਾਰੀ ਦੁਨੀਆ ਸੁਣਦੀ ਹੈ, ਤੇ ਜੇ ਉਸ ਤੋਂ ਬਾਅਦ ਮੈਂ ਕੁਛਕ ਗਿਆ ਫਿਰ ਮੈਨੂੰ ਕਿਉਂ? ਹੱਥ ਜੋੜ ਕੇ ਕਹੂੰਗਾ ਵੀ ਵਾਹ ਜਥੇਦਾਰ ਜੀ, ਬੈਲੈਂਸ ਕਰਤਾ, ਜੱਜ ਨਿਰਪੱਖ ਹੋ ਕੇ ਤੁਸੀਂ ਫੈਸਲਾ ਕੀਤਾ। ਦੂਜੇ ਧੜੇ ਵਾਲਿਆਂ ਨੂੰ ਤੁਸੀਂ 4-5 ਸਾਲ ਤੋਂ ਜਦੋਂ ਛਬੀਲ ਲਾ ਕੇ ਬੰਦਾ ਮਾਰਿਆ, ਕੀ ਜਥੇਦਾਰ ਅਕਾਲ ਤਖ਼ਤ ਸਾਹਿਬ ਬਿਨਾਂ ਸੱਦੇ ਤੋਂ, ਗੋਬਿੰਦ ਸਿੰਘ ਲੌਂਗੋਵਾਲ ਬਿਨਾਂ ਸੱਦੇ ਤੋਂ ਟਕਸਾਲ ਦੇ ਵਿੱਚ ਗੱਡੀਆਂ ਲੈ ਕੇ ਨਹੀਂ ਜਾਂਦੇ, ਬਿਨਾਂ ਫੰਕਸ਼ਨ ਤੋਂ ਉੱਥੇ ਜਾ ਕੇ ਬੈਠਦੇ ਨਹੀਂ, ਚਾਹ ਪਾਣੀ ਨਹੀਂ ਪੈਂਦੇ ਜੀ? 5 ਸਾਲਾਂ ਵਿੱਚ ਜੇ ਬਾਬਾ ਹਰਨਾਮ ਸਿੰਘ ਦੇ ਡੇਰੇ ਤੇ 10 ਵਾਰੀ ਗੋਬਿੰਦ ਸਿੰਘ ਲੌਂਗੋਵਾਲ ਜਾ ਸਕਦਾ, 10 ਵਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉੱਥੇ ਜਾ ਸਕਦੇ ਨੇ, ਤੇ ਰਣਜੀਤ ਸਿੰਘ ਕੋਲ ਇੱਕ ਵਾਰੀ ਆ ਜਾਂਦੇ ਜੇ ਇਹਨਾਂ ਨੇ ਕੌਮ ਦਾ ਮਸਲਾ ਹੱਲ ਹੀ ਕਰਨਾ ਸੀ, ਆਉਂਦੇ ਗੱਡੀ ਲੈ ਕੇ ਸਿੱਧਾ ਮੇਰੇ ਕੋਲ ਬੈਠਦੇ ਵੀ ਰਣਜੀਤ ਸਿਆ ਬਹਿ ਤੇਰੇ ਨਾਲ ਗੱਲ ਕਰਨੀ ਹੈ। ਇਹ ਕਦੇ ਵੀ ਨਹੀਂ ਕਰਦੇ ਜੀ, ਇਹ ਸਿਰਫ ਲੋਕਾਂ ਸਾਹਮਣੇ ਨਿਮਰਤਾ, ਅਸੀਂ ਜੀ ਨਿਮਾਣੇ, ਅਸੀਂ ਜੀ ਨਿਮਰਤਾ, ਅਸੀਂ ਜੀ ਕੋਸ਼ਿਸ਼ ਕਰਦੇ ਹਾਂ, ਇਹ ਸਭ ਗੱਲਾਂ ਹੈ ਜੀ। ਇਹ ਭਾਈ ਸਾਹਿਬ ਜੀ, ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜੇ ਇੱਥੇ ਆ ਜਾਣ ਗੱਡੀ ਲੈ ਕੇ ਤਾਂ ਮਸਲਾ ਜਿਹੜਾ ਉਹ ਹੱਲ ਹੋ ਜਾਏ,
ਪਰ ਉਹ ਕਹਿੰਦੇ ਨੇ ਤੁਸੀਂ ਸਾਡੇ ਕੋਲ ਆ ਜਾਓ ਗੱਡੀ ਲੈ ਕੇ ਗੱਲ ਨਹੀਂ ਜੀ ਦਬਕਾ ਮਾਰਨ ਦੀ ਜਥੇਦਾਰ ਵਾਲਾ ਥੋਕ ਕੇ ਦਬਕਾ ਮਾਰਨ ਦੋਨਾਂ ਨੂੰ ਰਣਜੀਤ ਸਿੰਘ ਜਿੰਨੇ ਦਬਕੇ ਇੱਕ ਦਬਕਾ ਉਧਰ ਵੀ ਮਾਰ ਕੇ ਲੈਣ ਲੱਗ ਜੂ ਪਤਾ ਇੱਕ ਜਿਹੜੀ ਸਟੇਟਮੈਂਟ ਮੈਨੂੰ ਦਿੰਦੇ ਹੈ ਮੇਰੇ ਬਾਰੇ ਬੋਲਦੇ ਹੈ ਇੱਕ ਵਾਰ ਉਹਨਾਂ ਨੂੰ ਬੋਲ ਲੈਣ ਲੱਗ ਜੂ ਪਤਾ ਮੈਂ ਕਹਿੰਦਾ ਜੀ ਸਾਰਾ ਹੀ ਸਮਝ ਆ ਜਾਣੀ ਹੈ ਠੀਕ ਹੈ ਜੀ ਤੁਸੀਂ ਹੁਣੇ ਆਪਣੇ ਜਦੋਂ ਦੱਸ ਰਹੇ ਸੀ ਤੁਸੀਂ ਇੱਕ ਗੱਲ ਜਿਹੜੀ ਬੜੀ ਉਹਦੇ ਚ ਖਾਸ ਗੱਲ ਕੀਤੀ ਹੈ ਕਿ ਲਾ ਕੇ ਅਗਲੇ ਨੇ ਪਾਸੇ ਮਾਰਨਾ ਕਹਿਣ ਤੋਂ ਭਾਵ ਕਿ ਹੁਣ ਜਿਹੜੀ ਸਾਡੇ ਜਥੇਦਾਰ ਸਾਹਿਬ ਦੇ ਨਾਲ ਕਾਰਜਕਾਰੀ ਜਥੇਦਾਰ ਦਾ ਜਿਹੜਾ ਤਗਮਾ ਲੰਮੇ ਸਮੇਂ ਤੋਂ ਜੁੜਿਆ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਆਪ ਚ ਸਭ ਤੋਂ ਵੱਡਾ ਕਾਰਨ ਹੀ ਇੱਕ ਇਹੋ ਹੈਗਾ ਜੇ ਆਪਣੀ ਏਡੀ ਵੱਡੀ ਕੌਮ ਹੈਗੀ ਹੈ ਆਪਣੇ ਕੋਲ ਏਡੇ ਬੁੱਧੀਜੀਵੀ ਲੋਕ ਹੈਗੇ ਨੇ ਜੇ ਇੱਕ ਪੂਰਨ ਜਥੇਦਾਰੀ ਹੋਵੇ ਪੂਰਨ ਤਰੀਕੇ ਦੇ ਅਖਤਿਆਰ ਜਿਹੜੇ ਉਹ ਮਿਲ ਜਾਣ ਤੇ ਆਪਣੇ ਆਪ ਚ ਇਹ ਇਸ਼ੂ ਜਿਹੜਾ ਉਹ ਖਤਮ ਹੋ ਜੇ ਨਹੀਂ ਜੀ ਜਥੇਦਾਰੀ ਲੈਣ ਵਾਸਤੇ ਅੱਜ ਕੱਲ੍ਹ ਤਾਂ ਇਦਾਂ ਦੇ ਫੈਸਲੇ ਕਰ ਦਿਓ ਤੁਸੀਂ ਲੀਡਰਾਂ ਨੂੰ ਬਚਾ ਦਿਓ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀਆਂ ਹੋਣ ਵਾਲਿਆਂ ਨੂੰ ਕੁਛ ਨਾ ਕਹੋ ਰਣਜੀਤ ਸਿੰਘ ਵਰਗਿਆਂ ਨੂੰ ਥੋਕ ਦਿਓ ਜਿਹੜਾ ਬੰਦਾ ਟਕਸਾਲ ਬਾਰੇ ਬੋਲਦਾ ਹੈ ਆਗੂਆਂ ਬਾਰੇ ਬੋਲਦਾ ਹੈ ਪੁਜਾਰੀਆਂ ਬਾਰੇ ਬੋਲਦਾ ਉਹਨੂੰ ਚੱਕ ਕੇ ਬਾਹਰ ਸਿੱਟ ਦਿਓ ਤੁਹਾਡੀਆਂ ਜਥੇਦਾਰੀਆਂ ਪੱਕੀਆਂ ਨੇ ਮੈਂ ਤਾਂ ਵਧਾਈ ਦੇ ਚੁੱਕਿਆ ਜਥੇਦਾਰ ਸਾਹਿਬ ਨੂੰ ਮਸਲਾ 267 ਸਰੂਪਾਂ ਦਾ ਆ ਗਿਆ ਨਵਾਂ ਇਹਦੇ ਕਰਕੇ ਜਥੇਦਾਰ ਜੀ ਨੂੰ ਪੰਗਾ ਪੈ ਜੇ ਤੇ ਪੈ ਜੇ ਨਹੀਂ ਤੇ ਜਥੇਦਾਰੀ ਹੁਣ ਇਹਨਾਂ ਦੀ ਕਾਰਜਕਾਰੀ ਤੋਂ ਪੱਕੀ ਨਿਯੁਕਤੀ ਹੋ ਜਾਣੀ ਸੀ ਰਣਜੀਤ ਸਿੰਘ ਵਰਗੇ ਦਾ ਫੈਸਲਾ ਹੀ ਤਾਂ ਕਰਵਾਇਆ ਜਾਂਦਾ ਬਾਬੇ ਹਰਨਾਮ ਸਿੰਘ ਵਰਗੇ ਦੀ ਵੋਟ 50% ਹੱਕ ਰੱਖਦੀ ਹੈ ਇਕੱਲੇ ਬੰਦੇ ਦੀ ਵੋਟ ਇਕੱਲਾ ਬੰਦਾ ਖੁਸ਼ ਹੈ ਤੇ ਜਥੇਦਾਰੀ ਪੱਕੀ ਹੈ ਜਥੇਦਾਰੀ ਜਿਹੜੀ ਉਹ ਪੱਕੀ ਹੈ ਇਹ ਆਪਣੇ ਆਪ ਚ ਜਿਹੜਾ ਇਹ ਵੀ ਇੱਕ ਵੱਡਾ ਵਿਵਾਦ ਹੈਗਾ ਲੇਕਿਨ ਮੈਂ ਜ਼ਰੂਰ ਇੱਕ ਚੀਜ਼ ਇੱਥੇ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਭਾਈ ਸਾਹਿਬ ਲੇਕਿਨ ਇਹ ਅਲਟੀਮੇਟਲੀ ਚੱਲੂਗਾ ਕਿੱਥੋਂ ਤੱਕ ਕਿਉਂਕਿ ਤੁਸੀਂ ਵੀ ਜਦੋਂ ਦੀਵਾਨ ਲਾਉਂਦੇ ਹੋ ਤੁਸੀਂ ਵੀ ਇੱਕ ਚੀਜ਼ ਸੋਚੀ ਹੋਣੀ ਹੈ ਕਿ ਕਿਹੜੀ ਹੱਦ ਤੱਕ ਜਾਣਾ ਹੈ ਤੁਸੀਂ ਕਹਿੰਦੇ ਕਿ ਮੈਂ ਆਪਣੇ ਦੀਵਾਨ ਜਿਹੜੇ ਨੇ ਉਹ ਬੰਦ ਕਰ ਲਏ ਨੇ ਮੈਂ ਜਿਹੜਾ ਵਿਦੇਸ਼ਾਂ ਦੇ ਵਿੱਚ ਜਾਣਾ ਜਿਹੜਾ ਉਹ ਬੰਦ ਕਰ ਦਿੱਤਾ ਮੈਂ ਉੱਥੇ ਸੰਗਤਾਂ ਭਾਵੇਂ ਲੱਖ ਸੁਨੇਹੇ ਦਿੰਦੀਆਂ ਨੇ ਮੈਂ ਜਾਣਾ ਜਿਹੜਾ ਬੰਦ ਕਰ ਦਿੱਤਾ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਤੁਸੀਂ ਹਰ ਹਫ਼ਤੇ ਦੇ ਵਿੱਚ ਜਿਹੜਾ ਦੀਵਾਨ ਕਰਦੇ ਹੋ ਉਹਦੇ ਉੱਤੇ ਵੀ ਕਿਹਾ ਜਾਇਆ ਕਿ ਹੁਣ ਇਹਨਾਂ ਦੇ ਦੀਵਾਨ ਜਿਹੜੇ ਨੇ ਉਹ ਵੇਖਣੇ ਬੰਦ ਕਰ ਦਿਓ ਵੀਡੀਓ ਵੇਖਣੀਆਂ ਬੰਦ ਕਰ ਦਿਓ ਸ਼ੇਅਰ ਜਿਹੜਾ ਕਰਨਾ ਉਹ ਵੀ ਬੰਦ ਕਰ ਦਿਓ ਅਲਟੀਮੇਟਲੀ ਫਿਰ ਜਾ ਕੇ ਰੁਕਾਂਗੇ ਕਿੱਥੇ ਨਹੀਂ ਜੀ ਰਣਜੀਤ ਸਿੰਘ ਵਰਗਾ ਬੰਦਾ ਗੁਲਾਮ ਬਣ ਜਾਓ ਬਸ ਰੁਕ ਗਿਆ ਗੁਲਾਮ ਕਰ ਗੁਲਾਮੀ ਕਰ ਲਓ ਹਾਂਜੀ ਹਾਂਜੀ ਕਰੋ ਚਾਪਲੂਸੀ ਕਰੋ ਜੋ ਹੋ ਰਿਹਾ ਅੱਖਾਂ ਬੰਦ ਕਰਕੇ ਵੇਖੀ ਚੱਲੋ ਵੱਡੀ ਧਿਰ ਦੇ ਨਾਲ ਜੁੜ ਕੇ ਵੱਡੀ ਧਿਰ ਵੀ ਖਾ ਰਹੀ ਹੈ ਵੱਡੀ ਧਿਰ ਹੈ ਵੱਡਾ ਢਾਂਚਾ ਆ ਉਹਦੇ ਨਾਲ ਜੁੜ ਕੇ ਨਾਲ ਆਰਾਮ ਨਾਲ ਤੁਸੀਂ ਖਾਓ ਰਣਜੀਤ ਸਿੰਘ ਵੀ 100-100 ਪਾਠ ਰੱਖੇ 3 ਦਿਨ ਦਾ 10 ਲੱਖ ਰੁਪਇਆ ਕਮਾਓ 11 ਲੱਖ ਰੁਪਇਆ 11,000 ਇੱਕ ਖੰਡ ਪਾਠ ਦੀ ਭੇਟਾ ਲਾ ਦਿਓ 100 ਖੰਡ ਪਾਠ ਇਕੱਠਾ ਰੱਖ ਲਓ 11 ਲੱਖ ਰੁਪਇਆ ਇਕੱਠਾ ਆ ਜਾਣਾ ਹੈ 3 ਕੁ ਲੱਖ ਰੁਪਇਆ ਪਾਠੀਆਂ ਨੂੰ ਠੇਕੇ ਤੇ ਦੇ ਦਿਓ ਅੱਗੇ ਖੰਡ ਪਾਠ ਮੁੱਝਾਂ ਕਰੋ ਵੱਡੀ ਧਿਰ ਦੀ ਗੁਲਾਮੀ ਕਰੋ ਬਸ ਮਸਲਾ ਹੱਲ ਹੀ ਹੱਲ ਹੈ ਸਵਾਲ ਨਾ ਕਰੋ ਬੋਲੋ ਨਾ ਗਲਤ ਨੂੰ ਗਲਤ ਨਾ ਕਹੋ ਬਸ ਤੇ ਫਿਰ ਰਣਜੀਤ ਸਿੰਘ ਦੇ ਪ੍ਰਚਾਰ ਬਿਨਾਂ ਥੁੜਿਆ ਕੀ ਹੈ ਜੀ ਜਿਹੋ ਜਿਹੇ ਰਣਜੀਤ ਸਿੰਘ ਪੰਜਾਬ ਫਿਰਦੇ ਹੈ ਫਿਰਦੇ ਰਹਿਣ ਜੀ ਸਾਡੇ ਉਹ ਜਿਹਾ ਰਣਜੀਤ ਸਿੰਘ ਨਹੀਂ ਬਣਨਾ ਚਾਹੁੰਦਾ ਮੈਂ ਦੀਵਾਨ ਛੱਡ ਦਿੱਤੇ ਆ ਸਟੇਜਾਂ ਛੱਡ ਦਿੱਤੀਆਂ ਪਰਮੇਸ਼ਰ ਦੁਆਰ ਛੱਡ ਦਿਆਂਗਾ ਸਾਹ ਛੱਡ ਦਿਆਂਗਾ ਪਰ ਮੈਂ ਚਾਹੁੰਦਾ ਆ ਕਿ ਗੱਲ ਠੀਕ ਹੋਵੇ ਸਹੀ ਹੋਵੇ ਸਹੀ ਫੈਸਲਾ ਲਓ ਨਿਰਪੱਖ ਹੋਵੋ ਥੋਕ ਕੇ ਕਿਹਾ ਕਰੋ ਇਹਨਾਂ ਬੰਦਿਆਂ ਨੂੰ ਜਦੋਂ ਸ਼ਬੀਲਾਂ ਲਾਉਂਦੇ ਆ ਥੋਕ ਕੇ ਕਿਹਾ ਕਰੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਕਿੱਥੇ ਗਏ ਸੀ ਕਿਉਂ ਨਹੀਂ ਰੌਲਾ ਪਾਉਂਦੇ ਇਹ ਉਹ ਥੋਕ ਕੇ ਸਟੇਟਮੈਂਟਾਂ ਜਿਹੜੀਆਂ ਦੇਣ ਜਥੇਦਾਰ ਜਥੇਦਾਰੀ ਵਾਲੀ ਗੱਲ ਕਰਨ ਮੇਰੇ ਵਰਗਾ ਤਾਂ ਗੁਲਾਮ ਮੈਂ ਲੰਮਾ ਪੈ ਕੇ ਮੱਥਾ ਟੇਕਣ ਨੂੰ ਤਿਆਰ ਹਾਂ ਜੀ ਪਰ ਮੈਂ ਇਦਾਂ ਸਮਝੌਤਾ ਨਹੀਂ ਕਰ ਸਕਦਾ ਅੱਖਾਂ ਮੇਰੇ ਤੋਂ ਵੇਖ ਕੇ ਸਾਰਾ ਕੁਝ ਨਹੀਂ ਜਰਿਆ ਜਾਂਦਾ ਵੀ ਤੁਸੀਂ ਇੰਨਾ ਢਾਂਚਾ ਗਲਤ ਕਰਕੇ ਫੇਕ ਕਰਕੇ ਦਬਾਉਂਦੇ ਫਿਰਦੇ ਆ ਇੱਕ ਬੰਦਾ ਲੌਜਿਕ ਨਾਲ ਗੱਲ ਕਰਨੀ ਚਾਹੁੰਦਾ ਯਾਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਮੇਰੀ ਇੰਟਰਪ੍ਰੀਟੇਸ਼ਨ ਵੱਖਰੀ ਹੋ ਸਕਦੀ ਹੈ ਮੇਰਾ ਲੌਜਿਕ ਵੱਖਰਾ ਹੋ ਸਕਦਾ ਹੈ ਮੇਰੀ ਦਲੀਲ ਵੱਖਰੀ ਹੋ ਸਕਦੀ ਹੈ ਮੇਰੀ ਸੋਚ ਵੱਖਰੀ ਹੋ ਸਕਦੀ ਹੈ ਪਰ ਪਿਆਰ ਮੈਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਰਦਾ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਨੌਜਵਾਨਾਂ ਨੂੰ ਮੈਨੂੰ 1 ਘੰਟਾ ਦੇ ਦਿਓ 100 ਨੌਜਵਾਨ ਮੈਨੂੰ ਦੇ ਦਿਓ ਬਾਹਰਲੇ ਦੇਸ਼ ਦਾ ਬੱਚਾ ਜਿਹੜੇ ਕਹਿੰਦੇ ਨੇ ਗੁਰਦੁਆਰਿਆਂ 'ਚ ਜਾਂਦੇ ਨਹੀਂ ਪਿਆਰ ਨਹੀਂ ਕਰਦੇ 100 ਬੱਚਾ ਮੇਰੀ ਗੱਲ ਸਮਝਣ ਵਾਲਾ ਹੋਵੇ 1 ਘੰਟਾ ਦੇ ਦਿਓ ਮੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਦਾ ਵਾਸਤੇ ਉਹਦੇ ਅੰਦਰ ਰਿਸਪੈਕਟ ਭਰ ਸਕਦਾ ਉਹ ਅੰਦਰੋਂ ਰਿਸਪੈਕਟ ਕਰੂਗਾ ਵੀ ਯਾਰ ਆ ਸੈਂਟੀਫਿਕ ਸੋਚ ਵਿਗਿਆਨਕ ਸੋਚ ਤਰਕ ਵਾਲੀ ਸੋਚ ਵਿਕਾਸਸ਼ੀਲ ਸੋਚ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ ਨਵਾਂ ਤਰੀਕਾ ਚਾਹੀਦਾ ਆ ਜਿਸ ਕਰਕੇ ਇਹਨਾਂ ਦੀ ਪ੍ਰੋਬਲਮ ਮੇਰੇ ਨਾਲ ਸਿਰਫ ਇਹ ਹੈ
ਪੁਰਾਣਾ ਜਿਹੜਾ ਆ ਉਹ ਆਉਂਦਾ ਆ, ਰਟਿਆ ਰਟਾਇਆ ਆਉਂਦਾ ਆ, ਸਮਾਜ ਦਾ ਵਿਕਾਸ ਕਿੱਦਾਂ ਹੋਣਾ ਹੈ ਉਹ ਢਾਂਚਾ ਇਹਨਾਂ ਨੂੰ ਨਹੀਂ ਪਤਾ। ਮੇਰੀ ਗੱਲ ਸਮਝ ਆਉਂਦੀ ਸੀ ਲੋਕਾਂ ਨੂੰ, ਇਕੱਠ ਵੱਡੇ ਵੱਡੇ ਹੋ ਰਹੇ ਸੀ ਚਾਰਾਂ ਪੰਜਾਂ ਸਾਲਾਂ ਚ, ਦੇਖੋ ਉਹ ਜੈਲਸ ਨੇ ਸਾਰੇ ਦਾ ਸਾਰਾ ਢਾਂਚਾ ਖਰਾਬ ਕੀਤਾ ਹੈ। ਵੀ ਇੱਕ ਬੰਦਾ ਯਾਰ ਜਿਹਨੂੰ ਲੱਖ ਬੰਦਾ ਸੁਣਨ ਬਹਿ ਜਾਂਦਾ ਹੈ, ਸਾਹ ਰੋਕ ਕੇ ਲੋਕੀ 12-12 ਵਜੇ ਤੱਕ ਸੁਣਦੇ ਹੈ, 10 ਬੰਦੇ ਇਕੱਠੇ ਕਰਨੇ ਔਖੇ ਹੋ ਜਾਂਦੇ ਹੈ, 10-10 ਹਜ਼ਾਰ ਬੰਦਾ ਨੋਰਮਲੀ ਆ ਜਾਂਦਾ ਇਹਨੂੰ ਸੁਣਨ ਵਾਸਤੇ। ਹੁਣ ਪ੍ਰੋਬਲਮ ਦੀਵਾਨਾਂ ਦੀ ਸੀ, ਦੀਵਾਨ ਰੋਕ ਤੇ, ਹੁਣ ਜੇ ਟਕਸਾਲ ਹੁਕਮ ਕਰਦੀ ਵੀ ਸ਼ੇਅਰ ਨਾ ਕਰੋ, ਲਾਈਵ ਨਾ ਸੁਣੋ, ਉਹ ਚੱਲਣਾ ਨਹੀਂ ਸੀ, ਤਾਂ ਕਰਕੇ ਇਹਨਾਂ ਨੇ ਹੁਣ ਜਹੇਦਾਰ ਤੋਂ ਫੈਸਲਾ ਸੁਣਵਾ ਦਿੱਤਾ ਵੀ ਹੁਣ ਇਹਨੂੰ ਸੁਣੋ ਵੀ ਨਾ। ਪ੍ਰੋਬਲਮ ਵੱਡੀ ਆ ਹੈ ਜੀ ਬਸ।